ਤਾਂ ਅਸੀਂ ਇਹ ਸੋਚਦੇ ਵੀ ਠੇਕਾ ਲਾਉਣਾ ਕਿੱਥੇ ਹੈ, ਇਹ ਨਹੀਂ ਭੁੱਲਣਾ ਸਾਹਿਬ ਵੀ ਠੇਕਾ ਇਹ ਹੈ ਵੀ ਸਾਡਾ ਠੇਕਾ ਲਾਉਣਾ ਕਿੱਥੇ ਹੈ। ਕੱਲ ਸਾਡਾ ਟਾਰਗੇਟ ਇਹ ਹੈ। ਲੈ ਲਿਆ ਪੇਠਾ ਸਿੰਘ ਤੰਦਰਾ ਨਾਲ ਹੀ ਘਸਾਤਾ ਸੀ ਬਾਬਾ, ਲੱਗੇ ਸੀ ਨਾ ਲੱਗੇ ਨੀ, ਬਚ ਗਏ ਮਾੜੀ ਜੀ ਕਸਰ ਸੀ। ਕਾਫੀ ਟਾਈਮ ਇੱਧਰ ਭੁੱਲਰ ਸਾਹਿਬ, ਕਾਫੀ ਟਾਈਮ ਨਵਾਬਾਂ ਦਾ ਸ਼ਹਿਰ ਮਲਾਉਣੇ ਚੱਲ ਕੇ ਉੱਥੇ ਫਿਰ ਠੀਕ ਹੈ ਜੀ। ਡਿਵੈਲਪਮੈਂਟ ਲੋਕਾਂ ਨੇ ਆਪਦੇ ਦਿਮਾਗ ਚ ਬਿਠਾ ਲਈ। ਹਾਂ ਸਹੀ ਸਹੀ ਹੈ ਜੀ, ਬਿਲਕੁਲ। ਕਹਿੰਦੇ ਵੀ ਆਪਾਂ ਵੀ ਕਾਨੂੰਨ ਨਹੀਂ ਤੋੜਨਾ, ਹਰ ਇੱਕ ਦੀ ਗੱਡੀ ਸਹੀ ਜਗ੍ਹਾ ਪਾਰ ਕੀਤੀ ਆ, ਸਹੀ ਟ੍ਰੈਫਿਕ ਚੱਲ ਰਿਹਾ, ਲਾਅ ਐਂਡ ਆਰਡਰ ਨੂੰ ਫੋਲੋ ਕਰਦੇ ਆ, ਫੋਲੋ ਕਰਦੇ ਆ। ਹਾਂ ਜੀ, ਚੰਗੇ ਸ਼ਹਿਰਾਂ ਦੀ ਨਿਸ਼ਾਨੀ ਹੈ, ਚੰਗੇ ਸ਼ਹਿਰੀ ਤੇ ਪੜ੍ਹੇ ਲਿਖੇ ਹੋਣ ਦੀ ਇਹੀ ਨਿਸ਼ਾਨੀ ਹੈ ਵੀ। ਇੱਧਰ ਕਹਿੰਦੇ ਬਾਈ, ਕਹਿੰਦੇ ਤੇ ਕਲਾਸ ਦਾ ਰੰਗ ਹੀ ਬਦਲਤਾ ਹੈ, ਇਹ ਜੀਆਂ ਗੱਲਾਂ ਤੇ ਮਾਹੌਲ ਆ ਕਹਿੰਦੇ। ਮਿੰਟ 15 ਨਹੀਂ ਲੱਗਦੇ, ਸਾਰਾ ਟੈਨਸ਼ਨ ਵਾਧੂ ਦੀ। ਹਾਂ ਸਾਰਾ ਲੁਧਿਆਣਾ ਕ੍ਰੋਸ ਹੈ, ਹਾਂ ਟੈਨਸ਼ਨ ਵਾਧੂ ਦੀ ਹੁੰਦੀ ਵੀ ਇੰਨੀਆਂ ਲਾਈਟਾਂ ਉਹ ਲਾਈਟਾਂ ਫਲਾਈ ਓਵਰ ਜਾਂ ਆਪਣਾ ਕਾਰ ਚ ਬੈਠੇ ਹੁੰਦੇ ਸਾਰਿਆਂ ਦੀ ਟੈਨਸ਼ਨ ਹੁੰਦੀ। ਹਾਂ ਮੰਗ ਲੈ ਅੱਡਰ ਆਈ ਜਾਂ ਫਿਰ ਲੈ ਅੱਡ ਆਡ ਹੋ ਗਈ ਲੈਟ। ਹਾਂ ਜੀ ਬਈ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੇ ਨਾਲ ਮੇਰੇ ਸਰਦਾਰ ਸਾਹਿਬ ਸਾਡੇ ਪੁਲ ਸਾਹਿਬ ਤੇ ਲਓ ਜੀ, ਮੈਂ ਤੇ ਬਾਈ ਚੱਲੇ ਆ ਲੁਧਿਆਣੇ ਨੂੰ ਤੇ ਕਹਿੰਦੇ ਅੱਜ ਗੱਭਰੂ ਨੇ ਚੂਬਰਾਂ ਨੇ ਲੁਧਿਆਣੇ ਨੂੰ ਗੱਡੀ ਖਿੱਚਦੀ ਲੁਧਿਆਣੇ ਚੱਲ ਗਏ ਤੇ ਇੱਕ ਦੋ ਕੰਮ ਜੇ ਸੀਗੇ ਤੇ ਦੇਖਦੇ ਤੁਹਾਨੂੰ ਦੱਸਦੇ ਹਾਂ ਕੀ ਕੰਮ ਚਲੇ ਤੇ ਕਿਹੜਾ ਕੰਮ ਕਰਦੇ ਆ ਤੇ ਆ ਜਾਓ ਜਾਈ ਜਾਂਦੇ ਹਾਂ ਤੇ ਤੁਹਾਨੂੰ ਦਿਖਾਉਣੇ ਰਾਹ ਚੱਲ ਕੇ ਤੇ ਕਰਾਉਣੇ ਆ ਨਵੀਂ ਗੱਲਬਾਤ ਦੇ ਨਾਲ ਮੁਲਾਕਾਤ ਆ ਜਾਓ ਜੀ। ਅੱਛਾ ਤੇ ਥੋੜ੍ਹੀ ਜਿਹੀ ਦੂਰ ਜਾ ਕੇ ਬਸ ਮੂੰਹ ਸੁੱਭਣ ਲੱਗ ਗਿਆ। ਹਾਂ ਹੈਗੀ ਅੱਜ ਕੱਲ੍ਹ ਫਰਕ, ਮੈਨੂੰ ਵੀ ਪਿਆਸ ਲੱਗੀ ਜਾਂਦੀ ਹੈ ਤੇ ਮੈਂ ਲਓ ਸੀ ਲੁਧਿਆਣਾ ਚੰਡੀਗੜ੍ਹ ਸਿਰ ਦੁੱਖ ਦਿੱਤੀ ਸ਼ੈਲੂ ਸਿੰਧੀ ਗੁੜੀ ਓਕੇ ਕਾਰਿਟ ਕਾਰਿਟ ਬੱਸ 'ਚ ਬੈਠਾਂਗੇ ਬੱਸ 'ਚ ਚੱਲ ਕਈ ਵਾਰੀ ਟੱਸਦਾ ਜਾਏ ਹਵੇਲੀ ਆ ਗਈ ਕਹਿੰਦੇ ਹਵੇਲੀ ਆ ਗਈ ਅਸੀਂ ਹਵੇਲੀ ਦੀ ਗੱਲਬਾਤ ਠੀਕ ਹੈ ਜੀ। ਇਹ ਮਾਹੌਲ ਆ ਕਹਿੰਦੇ ਹਾਈਵਿਆਂ ਦਾ, ਹਾਈਵੇ ਤਾਂ ਸੋਹਣੇ ਬਣਾ ਰੱਖੇ ਖੈਰ ਉਹ ਤਾਂ ਗੱਲਬਾਤ ਇੱਕ ਨੰਬਰ ਹਾਈਵੇ ਦੀ ਤਾਂ ਕਹਿੰਦੇ ਬਾਈ ਧੂੜ ਹੀ ਕੱਢ ਰੱਖੀ ਆ ਦੇਖੋ ਤੁਸੀਂ ਹੈ ਨਾ, ਦਿੱਲੀ ਬੰਬੇ ਬਣਾ ਛੱਡਿਆ ਤਾਂ ਲੁਧਿਆਣਾ ਕਹਿ ਬਹੁਤ ਡਿਵੈਲਪ ਹੋ ਗਿਆ ਇਸ ਗੱਲ 'ਚ ਤਾਂ ਬਲੈਰੋ ਤਾਂ ਹਾਂ ਚੈੱਕ ਕਰਤਾ ਆਪਾਂ ਇਹਨਾਂ ਨੂੰ ਠੀਕ ਹੈ ਨਾ, ਦੇ ਚੱਲੇ ਅੱਜ ਇਹਨਾਂ ਨੂੰ ਆਹ ਆਪਣੇ ਸੁਨੀਲ ਵਰਮਾ ਜੀ ਜਿਹੜੇ ਆਪਣੇ ਕਰ ਰਹੇ ਹੈ ਬੁਕਿੰਗ ਠੀਕ ਹੈ ਨਾ, ਤੇ ਦੰਨੇ ਚੱਕ ਚੁੱਕ ਇਹਨਾਂ ਨੂੰ ਬੁਲਾਉਣੇ ਜੀ। ਗੱਭਰੂ ਕਹਿੰਦੇ ਹੁਣ ਨਿਕਲੇ ਸ਼ਹਿਰ ਏਜੰਸੀ ਚੋਂ ਬਾਹਰ, ਇਹ 20 ਦਿਨ ਹੋ ਗਏ ਏਜੰਸੀਆਂ ਕਰਤੀਆਂ ਅੱਜ ਤਾਂ ਠੀਕ ਹੈ ਨਾ, ਫਾਈਨਲੀ ਡੀਲ ਕਰਤੀ ਆ ਡਨ ਤੇ ਬਾਬਾ ਰੱਖੇ ਸੁੱਖ ਤੇ ਛੇਤੀ ਤੁਹਾਨੂੰ ਦਿਖਾ ਦਿਆਂਗੇ ਆਪਾਂ ਰੌਕਸ ਰੌਕਸ ਕਰਾ ਦਿਆਂਗੇ ਛੇਤੀ ਕਹਿੰਦੇ ਵੀਰੋ ਠੀਕ ਹੈ ਜੀ। ਇਹ ਗੱਲਾਂ ਬਾਤਾਂ ਲੁਧਿਆਣੇ ਸ਼ਹਿਰ ਦੀਆਂ ਕਹਿੰਦੇ, ਵੱਡੇ ਸ਼ਹਿਰਾਂ ਦੀਆਂ ਵੱਡੀਆਂ ਹੀ ਗੱਲਾਂ ਵਜੇ ਉਹ ਠੀਕ ਹੈ ਨਾ, ਇਹ ਵੀ ਨਹੀਂ ਕਹਿੰਦੇ ਬੜੇ ਬੜੇ ਸ਼ਹਿਰੋਂ ਵਿੱਚ ਛੋਟੀ ਛੋਟੀ ਬਾਤੇ। ਦੱਸਿਓ ਫਿਰ ਕੀ ਕਹਿਣਾ ਤੁਹਾਡਾ, ਕਿਉਂਕਿ ਛੋਟੇ ਸ਼ਹਿਰਾਂ ਏਜੰਸੀਆਂ ਦਾ ਬਹੁਤ ਫਰਕ ਆ, ਰੇਟ ਆਫ ਡਿਫੈਂਸ ਵੀ ਹੁੰਦੀ ਹੈ ਤਕਰੀਬਨ, ਹੋਰ ਚੀਜ਼ਾਂ ਦਾ ਵੀ ਬੜਾ ਫਰਕ ਹੈਗਾ ਹੀ ਆ ਬਾਈ ਠੀਕ ਹੈ ਨਾ, ਅਤੇ ਬਾਕੀ ਗੱਲ ਹੁੰਦੀ ਆਪਾਂ ਨੂੰ ਡਿਲੀਵਰੀ ਛੇਤੀ ਲੈਣ ਕਰਨ ਦੀ। ਲਓ ਜੀ ਵੀਰੋ, ਗੱਡੀ ਨੂੰ ਭੁੱਖ ਲੱਗੀ ਸੀ, ਕਦੇ ਡੀਜ਼ਲ ਭਰਾ ਲਈਏ ਡੀਜ਼ਲ, ਅਤੇ ਡੀਜ਼ਲ ਭਰਾ ਕੇ ਫਿਰ ਅਸੀਂ ਵੀ ਮਾੜਾ ਮੋਟਾ ਪੇਟ ਪੂਜਾ ਦਾ ਕਰਦੇ ਹਾਂ ਪ੍ਰਬੰਧ ਕੋਈ ਵੀਰੋ, ਅਤੇ ਨਿਊਡਲ ਛਕ ਲਏ, ਦਹੀਂ ਭੱਲੇ ਛਕ ਲਏ ਅਤੇ ਖਾਸਾ ਸਮਾਨ ਭਲੇਟਦਾ ਸੀ,
ਇੱਧਰ ਕਹਿੰਦੇ ਬਾਈ ਕਹਿੰਦੇ ਤੇ ਕਲਾਸ ਦਾ ਰੰਗ ਹੀ ਬਦਲਤਾ ਹੈਂ ਇਹ ਜਿਹੀਆਂ ਗੱਲਾਂ ਦੇ ਮਾਹੌਲ ਆ ਕਹਿੰਦੇ ਆ ਜਾਓ ਫਿਰ ਚੱਲਦੇ ਹੁਣ ਨਿਕਲਦੇ ਹਾਂ ਬਾਹਰ ਨੂੰ ਹੌਲੀ ਹੌਲੀ ਹਾਂਜੀ ਤੇ ਉਹ ਥੱਲੇ ਜੇ ਤੁਸੀਂ ਰੌਣਕ ਦੇਖਣੀ ਹੈ ਫਿਰ ਲੁਧਿਆਣੇ ਥੱਲੇ ਲੁਧਿਆਣਾ ਥੱਲੇ ਆਏ ਐਂ ਮਾਹੌਲ ਬਣ ਠੀਕ ਹੈ ਲੈਣ ਨੂੰ ਆਪ ਗ੍ਰੇਡ ਵਾਲ ਇਹ 'ਚ ਮੈਂ ਪਹਿਲਾਂ ਵੀ ਆਇਆ ਵੈਸੇ ਫਲਾਈਓਵਰ ਤਾਂ ਸ਼ਹਿਰ ਦੀ ਸ਼ਾਨ ਹੀ ਬਣਾ ਦਿੱਤੀ ਹੈ ਨਾ ਹਾਂਜੀ ਸੋਹਣੀ ਇੱਕ ਨੰਬਰ ਮਾਹੌਲ ਕਹਿੰਦੇ ਲਾਈਟਾਂ 'ਤੇ ਤੁਸੀਂ ਇਹ ਲਾ ਲਓ ਸਾਹਿਬ ਵੀ ਬੰਦਾ ਇੱਕ ਤੋਂ ਤਾਂ ਟਿਕਟਾਂ ਲੈਂਦਾ ਹਾਂਜੀ ਹੈ ਨਾ ਚਲਾਨ ਕਰਾਉਂਦਾ ਫਿਰ ਬੰਦੇ ਦਾ ਸਫ਼ਰ ਦੁੱਗਣਾ ਟਾਈਮ 'ਚ ਨਿਬੜਦਾ ਅਤੇ ਹੁਣ ਤਾਂ ਪਹਿਲਾਂ ਵੀ ਮਿੰਟ 15 ਨਹੀਂ ਲੱਗਦੇ ਸਾਰਾ ਟੈਨਸ਼ਨ ਵਾਧੂ ਦੀ ਹਾਂ ਸਾਰਾ ਲੁਧਿਆਣਾ ਕ੍ਰੋਸ ਹੈ ਹਾਂ ਟੈਨਸ਼ਨ ਵਾਧੂ ਦੀ ਹੁੰਦੀ ਇੰਨੀਆਂ ਲਾਈਟਾਂ ਉਹ ਲਾਈਟਾਂ ਫਲਾਈਓਵਰ ਚ ਬੈਠੇ ਹੁੰਦੇ ਸਾਰਿਆਂ ਦੀ ਟੈਨਸ਼ਨ ਹੁੰਦੀ ਕਾਨੂੰਨੀ ਤੋੜਨਾ ਹਰਕ ਦੀ ਗੱਡੀ ਸਹੀ ਤਵੇ ਜਗ੍ਹਾ ਪਾਰ ਕੀਤੀ ਆ ਸਹੀ ਟ੍ਰੈਫਿਕ ਚੱਲ ਰਿਹਾ ਲਾਅ ਐਂਡ ਆਰਡਰ ਨੂੰ ਫੋਲੋ ਕਰਦੇ ਆ ਫੋਲੋ ਕਰਦੇ ਹਾਂਜੀ ਚੰਗੇ ਸ਼ਹਿਰਾਂ ਦੀ ਨਿਸ਼ਾਨੀ ਹੈ ਚੰਗੇ ਸ਼ਹਿਰੀ ਤੇ ਪੜ੍ਹੇ ਲਿਖੇ ਹੋਣ ਦੀ ਇਹੀ ਨਿਸ਼ਾਨੀ ਹੈ ਵੀ ਜਿਹੜੇ ਸ਼ਹਿਰ ਵਾਲੇ ਲਾਅ ਐਂਡ ਆਰਡਰ ਫੋਲੋ ਕਰਦੇ ਆ ਹਾਂਜੀ ਤਾਂ ਸਮਝ ਲਓ ਡਿਵੈਲਪ ਹੋ ਗਿਆ ਸ਼ਹਿਰ ਜਨਰੇਸ਼ਨ ਚੇਂਜ ਹੋ ਗਈ ਉੱਥੇ ਇਹ ਗੱਲਾਂ ਬਾਈ ਜੀ ਇਹ ਗੱਲਾਂ ਬਾਤਾਂ ਤੇ ਇਹ ਮਾਹੌਲ ਆ ਇੱਥੋਂ ਦਾ ਕਹਿੰਦੇ ਪੰਜਾਬ ਦਾ ਪੰਜਾਬ ਪੰਜਾਬ ਲੈ ਲਿਆ ਪੇਠਾ ਸਿੰਘ 15 ਨਾਲ ਹੀ ਘਸਾਤਾ ਸੀ ਬਾਬਾ ਲੱਗੇ ਸੀ ਨਾ ਲੱਗੇ ਨਹੀਂ ਬਚ ਗਏ ਮਾੜੀ ਜੀ ਕਸਰ ਸੀ ਪੂਰੇ ਹੌਲੀ ਕਰ ਲੈਣੇ ਆਓ ਜੀ ਇਹ ਗੱਲਾਂ ਬਾਤਾਂ ਵੀਰੋ ਅੱਜ ਕਹਿੰਦੇ ਗੱਭਰੂ ਫੇਰ ਨਿਕਲ ਪਏ ਨਵੇਂ ਰਾਹਾਂ ਨੂੰ ਕਹਿੰਦੇ ਚੋਪਰ ਇਹ ਅੱਜ ਜਿਹੜਾ ਕੰਮ ਸੀ ਤੁਹਾਨੂੰ ਇਹੋ ਜਿਹਾ ਕੰਮ ਜਾਣੇ ਕੀੜਾ ਉੱਠ ਖੜਿਆ ਬੈਠਿਆਂ ਬੈਠਿਆਂ ਦੇ ਤੇ ਪਹਿਲਾਂ ਰਾਹ ਚਾਹੀਦਾ ਲੈ ਪੇਠਾ ਪੇਠਾ ਪੂਠਾ ਖਾ ਕੇ ਤੇ ਹੁਣ ਤੁਹਾਨੂੰ ਗਾਂਹ ਜਾ ਕੇ ਫੇਰ ਦੱਸ ਦਿਆਂ ਵੀ ਸਪੈਸ਼ਲੀ ਅੱਜ ਕਿਸ ਕੰਮ ਵਾਸਤੇ ਅਸੀਂ ਆ ਗਏ ਸੀ ਵਿਹਲੇ ਦੋਨੇ ਜਾਣੇ ਅਤੇ ਉਹ ਵੀ ਵਿਹਲੀ ਅਸੀਂ ਮੈਂ ਤੇ ਬਾਈ ਤਾਂ ਕੋਈ ਸਾਨੂੰ ਬਹੁਤਾ ਕੰਮ ਹੈ ਨਹੀਂ ਬਾਂਹ ਬੂਹ ਟੇਕੇ ਦੇ ਆ ਸਾਰੇ ਠੇਕਾ ਫੜ ਦਈਦਾ ਹੁਣ ਤਾਂ ਅਸੀਂ ਇਹ ਸੋਚਦੇ ਹਾਂ ਵੀ ਠੇਕਾ ਲਾਉਣਾ ਕਿੱਥੇ ਹੈ ਇਹ ਨਹੀਂ ਉਹਨਾਂ ਸਾਹਿਬ ਵੀ ਠੇਕਾ ਇਹ ਹੈ ਵੀ ਸਾਡਾ ਠੇਕਾ ਲਾਉਣਾ ਕਿੱਥੇ ਹੈ ਬਸ ਕੱਲ੍ਹ ਸਾਡਾ ਟਾਰਗੇਟ ਇਹ ਹੈ ਅਤੇ ਆ ਜਾਓ ਚੱਲਦੇ ਹਾਂ ਅਤੇ ਚੱਲ ਕੇ ਤੁਹਾਨੂੰ ਗਾਂਹ ਮਿਲਾਉਂਦੇ ਹਾਂ ਇੱਕ ਨਵੀਂ ਗੱਲਬਾਤ ਦੇ ਨਾਲ ਠੀਕ ਹੈ ਜੀ ਆ ਜਾਓ ਬਾਈ ਜੀ ਪੁਲ ਹੈ ਫਲਾਈਓਵਰ ਜਿਹਨਾਂ ਨੇ ਬਣਾਇਆ ਤੁਸੀਂ ਇਹ ਦੇਖ ਲਓ ਵੀ ਅਸੀਂ ਕਿਤੋਂ ਦੇ ਤੁਰੇ ਆਉਣੇ ਹੈ ਅਤੇ ਸਾਰਾ ਫਲਾਈਓਵਰ ਖਾਲੀ ਹੋਈ ਪਿਆ ਅਤੇ ਪਿੱਛੋਂ ਵੀ ਆਈ ਹੈ ਤੁਸੀਂ ਆਹ ਦੇਖ ਲਓ ਕਿੰਨੇ ਟਾਈਮ ਦੇ ਆਪਾਂ ਨੂੰ ਕੋਈ ਗੱਡੀ ਕ੍ਰੋਸ ਨਹੀਂ ਕਰੂਗਾ ਉਹ ਇੱਕ ਜਾਂਦੀ ਹੈ ਆਹ ਇੱਕ ਮੋਟਰਸਾਈਕਲ ਹੈ ਠੀਕ ਹੈ ਨਾ ਆਹ ਦੇਖ ਲਓ ਚਾਰੇ ਪਾਸੇ ਨਿਗਾਹ ਮਾਰ ਲਓ ਇੱਧਰ ਨਹੀਂ ਸਿੱਟੀ ਲੁਧਿਆਣਾ ਹਾਂ ਅਤੇ ਮੇਨ ਪੁਲ ਹੈ ਤੁਸੀਂ ਇਹਦੇ ਵੀ ਪਤਾ ਨਹੀਂ ਕਿਸ ਲੋਡ ਨੂੰ ਬਣਾਤਾ ਇਹ ਪੁਲ ਵੀ ਟ੍ਰੈਫਿਕ ਕੋਈ ਹੈ ਨਹੀਂ ਫਲਾਈਓਵਰ ਬਣਾ ਰੱਖਿਆ ਅਤੇ ਟ੍ਰੈਫਿਕ ਸਾਰਾ ਨੀਚੋਂ ਦਿਆਂ ਹੁਣ ਮੂਹਰੇ ਜਾਵਾਂਗੇ ਉਹ ਸਾਹਮਣੇ ਦੇ ਨਿਗਾਹ ਮਾਰੋਗੇ ਉਦੋਂ ਗਾਂਹ 'ਤੇ ਟ੍ਰੈਫਿਕ ਆ ਗਿਆ ਸਾਰਾ ਠੀਕ ਹੈ ਨਾ ਥੱਲੋਂ ਦੀ ਟ੍ਰੈਫਿਕ ਹੈਗਾ ਉੱਪਰ ਦੀ ਫੇਰ ਹੈ ਨਹੀਂ ਸਮਝੋ ਬਾਹਰ ਆ ਕਹਾਣੀ ਸਰਕਾਰਾਂ ਦੇ ਕੀ ਮਸਲੇ ਆ ਇਹ ਜਿਹੜਾ ਕੋਈ ਇੱਥੋਂ ਲੁਧਿਆਣੇ ਵਾਲਾ ਹੋਇਆ ਬੰਦਾ ਆਪਾਂ ਨੂੰ ਦੱਸਿਓ ਕਮੈਂਟ ਕਰਕੇ ਠੀਕ ਹੈ ਬਾਈ ਜੀ ਇਹ ਗੱਲਾਂ ਬਾਤਾਂ ਵੀ ਗੱਲ ਇਹ ਵੀ ਹੈ ਵੀ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਅੱਜ ਕਰਨ ਕੀ ਆ ਗਏ ਦੁਬਾਰੇ ਫੇਰ ਲੁਧਿਆਣੇ ਗੱਲ ਇਹ ਵੀ ਵੱਖਰੀ ਗੱਲ ਆ ਉਹ ਦੇਖੋ ਥੱਲੋਂ ਕਿੰਨਾ ਟ੍ਰੈਫਿਕ ਆ ਗਿਆ ਉੱਪਰ ਉਹ ਦੇਖੋ ਠੀਕ ਹੈ ਨਾ ਉੱਪਰ ਹੈ ਨਹੀਂ ਉਹਨੇ ਪਤਾ ਨਹੀਂ ਕਿਸ ਲੋਡ ਨੂੰ ਬਣਾਤਾ ਬਈ ਅਤੇ ਲਓ ਬਾਈ ਜੀ ਚੱਲਿਆ ਹੁਣ ਅਸੀਂ ਮਲੇਰਕੋਟਲਾ ਇੱਥੋਂ ਮਲੇਰਕੋਟਲਾ ਮਲੇਰਕੋਟ ਤੋਂ ਸੰਗਰੂਰ ਵੀ ਏਰੀਆ ਅਤੇ ਰੋਡ ਤੁਸੀਂ ਦੇਖੋ ਗੱਲਬਾਤ ਪੂਰੀਆਂ ਰੋੜਾ ਰੂੜਾ ਤਾਂ ਵੱਟ ਕੱਢਦੇ ਪੰਜਾਬ ਦੇ ਫਿਰ ਪੂਰੀਆਂ ਇੱਕ ਨੰਬਰ ਸੜਕਾਂ ਸਾਰੀਆਂ ਠੀਕ ਹੈ ਨਾ ਮਲੇਰਕੋਟਲੇ ਨੂੰ ਚੱਲਦੇ ਹਾਂ ਅਤੇ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ ਕੀ ਗੱਲਬਾਤ ਹੈ
ਸ਼ਹਿਰ ਮਲੇਰੀਏ ਕੋਟ ਇੰਨਾ ਪੁਰਾਣਾ ਸ਼ਹਿਰ ਕਹਿੰਦੇ ਨਵਾਬਾਂ ਦਾ ਸ਼ਹਿਰ ਮਿਲਾਉਣੇ ਚੱਲ ਕੇ ਉੱਥੇ ਫਿਰ ਠੀਕ ਹੈ ਜੀ।